ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨ ਤਾਰਨ ਵੱਲੋਂ ਹੀ ਜੋਬ ਵੈਕੈਂਸੀਆਂ ਦੀ। ਦੋਸਤੋ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਬਰਨਾਲਾ ਅਤੇ ਫਾਜ਼ਿਲਕਾ ਡਿਸਟ੍ਰਿਕਟ ਦੀ ਕੋਰਟ ਦੀਆਂ ਜੋਬ ਵੈਕੈਂਸੀਆਂ ਆਈਆਂ ਸਨ, ਜੋ ਤੁਹਾਨੂੰ ਉੱਪਰ ਵੀਡੀਓ ਦੇ ਉੱਪਰ ਆਈ ਬਟਨ ਉੱਤੇ ਕਲਿੱਕ ਕਰਕੇ ਤੁਹਾਨੂੰ ਪਤਾ ਮਿਲ ਜਾਵੇਗੀ। ਜੇ ਤੁਹਾਡੇ ਲਈ ਕੋਈ ਲਾਭ ਫਾਇਦੇਮੰਦ ਹੈ ਤਾਂ ਤੁਸੀਂ ਆਈ ਬਟਨ 'ਤੇ ਕਲਿੱਕ ਕਰੋ ਅਤੇ ਬਰਨਾਲੇ ਅਤੇ ਫਾਜ਼ਿਲਕਾ ਦੀਆਂ ਕੋਰਟ ਦੀਆਂ ਪੋਸਟਾਂ ਨੂੰ ਇੱਕ ਵਾਰੀ ਚੈੱਕ ਕਰ ਲਓ ਜੇ ਤੁਸੀਂ ਉਸ ਡਿਸਟ੍ਰਿਕਟ ਵਿੱਚ ਪੈਂਦੇ ਹੋ। ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਵੀਡੀਓ ਦੀ, ਕੀ ਕੀ ਇਹਨਾਂ ਨੇ ਕਿਹੜੀ ਕਿਹੜੀ ਪੋਸਟਾਂ ਹਨ, ਕੀ ਕੀ ਡਿਮਾਂਡ ਰੱਖੀ ਹੈ। ਅਤੇ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਦੋਸਤੋ ਕਲਰਕ ਦੀ ਹੈ। ਅਤੇ ਇਸ ਵਿੱਚ ਟੋਟਲ ਨੰਬਰ ਆਫ ਵੈਕੈਂਸੀ 11 ਹੈ ਅਤੇ ਜਨਰਲ ਵਾਸਤੇ 8 ਅਤੇ ਐਸ ਸੀ ਵਾਸਤੇ 3 ਹੈ। ਅਤੇ ਇਸਦੀ ਪੇ ਸਕੇਲ ਦੀ ਗੱਲ ਕਰੀਏ 10,300 ਤੋਂ ਲੈ ਕੇ 34,800 ਇਸਦੀ ਪੇ ਸਕੇਲ ਦੱਸੀ ਗਈ ਹੈ। ਅਤੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਦੋਸਤੋ ਤਾਂ ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਆਪਣੇ ਕੋਲ 10ਵੀਂ ਕਲਾਸ ਵਿੱਚ ਕੰਪਿਊਟਰ ਸਬਜੈਕਟ ਹੋਣਾ ਲਾਜ਼ਮੀ ਹੈ। ਅਤੇ ਇਸ ਦੀ ਏਜ ਲਿਮਿਟ 18 ਤੋਂ 37 ਸਾਲ ਅਤੇ ਐਸ ਸੀ ਐਸ ਟੀ ਕੈਂਡੀਡੇਟ ਵਾਸਤੇ 5 ਸਾਲਾਂ ਦੀ ਛੋਟ ਦੱਸੀ ਗਈ ਹੈ। ਅਤੇ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਸਟੈਨੋਗ੍ਰਾਫਰ ਦੀ ਹੈ। ਇਸ ਵਿੱਚ ਟੋਟਲ ਨੰਬਰ ਆਫ ਵੈਕੈਂਸੀ 2 ਹੈ ਅਤੇ ਇਹ ਜਨਰਲ ਵਾਸਤੇ ਹੈ। ਅਤੇ ਇਸ ਵਿੱਚ ਟੋਟਲ ਨੰਬਰ ਇਸਦੀ ਪੇ ਸਕੇਲ ਦੀ ਗੱਲ ਕਰੀਏ ਤਾਂ ਦੋਸਤੋ 10,300 ਤੋਂ ਲੈ ਕੇ 34,800 ਇਸਦੀ ਪੇ ਸਕੇਲ ਪ੍ਰੋਵਾਈਡ ਕੀਤੀ ਜਾਵੇਗੀ। ਅਤੇ ਇਸ ਵਿੱਚ ਵੀ ਗ੍ਰੈਜੂਏਸ਼ਨ ਮੰਗੀ ਗਈ ਹੈ ਅਤੇ ਇਸਦੀ ਜੋ ਕੰਪਿਊਟਰ ਸਪੀਡ ਟਾਈਪਿੰਗ ਸਪੀਡ ਹੁੰਦੀ ਹੈ ਉਹ 80 ਵਰਡ ਪਰ ਮਿੰਟ ਤੋਂ ਲੈ ਇੰਗਲਿਸ਼ ਵਿੱਚ 80 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ। ਅਤੇ ਜੀ ਦੋਸਤੋ ਹੋਣੀ ਚਾਹੀਦੀ ਹੈ। ਅਤੇ ਇਸ ਵਿੱਚ ਏਜ ਲਿਮਿਟ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਇਸਦੀ ਏਜ ਲਿਮਿਟ ਦੱਸੀ ਗਈ ਹੈ। ਦੋਸਤੋ ਅੱਗੇ ਚੱਲਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਓਕੇ ਦੋਸਤੋ, ਦੋਸਤੋ ਇਹ ਇੱਕ ਆਫਲਾਈਨ ਫੋਰਮ ਹੈ ਜੋ ਤੁਹਾਨੂੰ ਪੇਪਰ ਫੋਰਮ ਮੈਂ ਡਾਊਨਲੋਡ ਕਰਕੇ ਇਹ ਪੂਰਾ ਜੋ ਡਿਟੇਲ ਦਿੱਤੀ ਗਈ ਹੈ ਇਸ ਨੂੰ ਫਿਲ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ, ਅਤੇ ਜੋ ਅਟੈਸਟਡ ਫੋਟੋ ਕਾਪੀ ਤੁਹਾਡੇ ਡਾਕੂਮੈਂਟ ਦੀ ਡੇਟ ਆਫ ਬਰਥ, ਡੇਟ ਮਤਲਬ ਕਿ ਬਰਥ ਸਰਟੀਫਿਕੇਟ ਦੀ ਅਟੈਚ ਕਾਪੀ, ਜੋ ਐਪਲੀਕੇਸ਼ਨ ਆਪਾਂ ਨਾਲ ਲਾ ਕੇ 5 ਵਜੇ ਤੋਂ ਪਹਿਲਾਂ 20/11/2019 ਨੂੰ 5 ਵਜੇ ਤੋਂ ਪਹਿਲਾਂ ਆਪਾਂ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਪੋਸਟ ਕਰਨ ਹੋਵੇ। ਅਤੇ ਇਸ ਤੋਂ ਇਲਾਵਾ ਜੋ ਇਹ ਇੰਟਰਵਿਊ ਹੋਵੇਗੀ ਉਹ ਮੈਰਿਟ, ਜੋ ਟੈਸਟ ਹੋਵੇਗਾ ਟੈਸਟ ਅਤੇ ਇੰਟਰਵਿਊ ਹੋਵੇਗਾ ਉਹ ਮੈਰਿਟ ਲਿਸਟ ਦੇ ਆਧਾਰ 'ਤੇ ਕਾਲ ਕੀਤਾ ਜਾਵੇਗਾ ਜਾਂ ਬੁਲਾਇਆ ਜਾਵੇਗਾ। ਅਤੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਇਹਨਾਂ ਦੀ ਆਫਿਸ਼ਲ ਸਾਈਟ district.ecourt.gov.in ਪੰਜਾਬ ਤਰਨ ਤਾਰਨ 'ਤੇ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਹੋਰ ਜਾਣਕਾਰੀ ਲਈ ਬਾਕੀ ਤੁਹਾਨੂੰ ਮੈਂ ਇਹ PDF ਵਿੱਚ ਇਸ ਦਾ ਲਿੰਕ, ਜੋ PDF ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਵੀ ਮੈਂ ਦੇ ਦਿਆਂਗਾ, ਉੱਥੋਂ ਤੁਸੀਂ ਇਹ ਡਾਊਨਲੋਡ ਕਰਕੇ ਅੱਛੀ ਤਰ੍ਹਾਂ ਰੀਡ ਕਰਕੇ ਫਿਰ ਆਪਣੀ ਐਲੀਜੀਬਿਲਟੀ ਦੇ ਅਕੋਰਡਿੰਗ ਤੁਸੀਂ ਇਹ ਫਿਲ ਫੋਰਮ ਕਰ ਸਕਦੇ ਹੋ। ਓਕੇ ਦੋਸਤੋ, ਹੋਰ ਜਾਣਕਾਰੀ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ।